اب بلا تاخیر میں خطاب واسطے دعوت دینا مقرر ذی شان واضح خوش الحان حضرت مولانا حذیفہ شہزاد صاحب آپ سمندری تہاڈے نال ہم کلام ہوندے نے، ذرا اپنے بیٹھن دا ثبوت دیا جی، نعرہ تکبیر آہستہ، ذرا نعرہ تکبیر شان مصطفیٰ مقام مصطفیٰ رفعت مصطفیٰ بلندی مصطفیٰ حضرت مولانا حذیفہ شہزاد صاحب۔ السلام علیکم ورحمت اللہ وبرکاتہ۔ سارے بولو تے رل کے بولو، اجے پروگرام دا آغاز ہے تے تسی ہنے ہی تھکے پئے ہو، تے میرے تو بعد انشاءاللہ میری جماعت دے مایا ناز خطابا انہاں دے بڑے جاندار شاندار بیان ہوئے نے، تے پروگرام دا آغاز ہے، ذرا بیداری دا ثبوت دیو۔ السلام علیکم ورحمت اللہ وبرکاتہ۔ الحمد للہ الذی ھدانا لھذا وما کنا لنھتدی لولا ان ھدانا اللہ، اما بعد فاعوذ باللہ السمیع العلیم من الشیطان الرجیم۔ بسم اللہ الرحمن الرحیم۔ لقد جاءكم رسول من انفسكم عزيز عليه ما عنتم حريص عليكم بالمؤمنين رؤوف سونیاں سونیاں
ਜ਼ੁਲਫਾਂ ਮਦਨੀ ਪੀਰ ਦੀਆਂ ਮੈਂ ਸਦੀ ਸ਼ਾਨ ਸੁਣਾਵਾਂ ਉਹਦੇ ਮਦੀਨੇ ਵਿੱਚ ਮਰ ਜਾਵਾਂ ਮੈਂ ਸਦੀ ਸ਼ਾਨ ਸੁਣਾਵਾਂ ਉਹਦੇ ਮਦੀਨੇ ਵਿੱਚ ਮਰ ਜਾਵਾਂ ਨਹੀਂ ਰੇ ਸਾਂ ਸਾਡੇ ਬਦਰ ਮੁਨੀਰ ਦੀਆਂ ਸੋਹਣੀਆਂ ਸੋਹਣੀਆਂ ਜ਼ੁਲਫਾਂ ਮਦਨੀ ਪੀਰ ਦੀਆਂ ਅੱਲਾਹ ਤਾਲਾ ਦੀ ਹਮਦੋ ਸਨਾ ਹਮਦਾਂ ਸਲਾਮਾਂ ਕਿਬਰਿਆਈ ਬੜਾਈ ਤਾਰੀਫਾਤ ਅੱਲਾਹ ਵਹਦਹੁ ਲਾ ਸ਼ਰੀਕ ਦੀ ਜ਼ਾਤ ਵਾਸਤੇ ਹੈ ਦਰੂਦ ਓ ਸਲਾਮ ਆਕਾ ਦੋ ਜਹਾਨ ਸਰਵਰੇ ਕਾਇਨਾਤ ਇਮਾਮ ਆਜ਼ਮ ਇਮਾਮ ਦੀਨ ਰਹਿਮਤੁਲ ਲਿਲ ਆਲਮੀਨ ਜਨਾਬ ਮੁਹੰਮਦੁਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੀ ਜ਼ਾਤ ਵਾਸਤੇ ਦੋਸਤੋ ਬਜ਼ੁਰਗੋ ਸਾਥੀਓ ਅੱਲਾਹ ਵਾਲੋ ਨੌਜਵਾਨ ਭਾਈਓ ਔਰ ਪਰਦੇ ਦੇ ਅੰਦਰ ਬੈਠ ਕਰ ਸੁਣਨੇ ਵਾਲੀ ਮੇਰੀ ਮੌਜਜ਼ਾਤ ਮੁਕੱਦਮਾਤ ਇਸਲਾਮੀ ਰੂਹਾਨੀ ਮਾਓ ਔਰ ਬਹਿਨੋ ਸੀਰਤੁਲ ਨਬੀ ਕਾਨਫਰੰਸ ਸੱਲੱਲਾਹੁ ਅਲੈਹਿ ਵਸੱਲਮ ਉਸਤਾਦ ਮੁਹਤਰਮ ਖਤੀਬ ਪਾਕਿਸਤਾਨ ਗੁਰਬਲੇ ਕੁਰਾਨ ਹਜ਼ਰਤ ਮੌਲਾਨਾ ਮਹਿਮੂਦੁਲ ਹਸਨ ਸਾਕਿਰ ਸਾਹਿਬ ਹਾਫਿਜ਼ਹੁਲਾਹ ਤਾਲਾ ਔਰ ਬਰਾਦਰ ਮੁਹਤਰਮ ਕਾਰੀ ਹਸਨੈਨ ਮੁਆਵੀਆ ਸਾਹਿਬ ਹਾਫਿਜ਼ਹੁਲਾਹ ਤਾਲਾ ਉਹਨਾਂ ਦੇ ਹੁਕਮ ਦੀ ਵਜ੍ਹਾ ਨਾਲ ਤੁਸਾਂ ਸਾਰੇ ਦੋਸਤ ਅਖਬਾਬ ਦੇ ਪੁਰ ਰੌਣਕ ਚਿਹਰਿਆਂ ਦੀ ਜ਼ਿਆਰਤ ਕਰਨ ਦਾ ਅੱਲਾਹ ਪਾਕ ਨੇ ਸ਼ਰਫ ਔਰ ਮੌਕਾ ਅਦਾ ਕੀਤਾ ਹੈ ਟਾਈਮ ਬਿਲਕੁਲ ਮੁਖਤਸਰ ਹੈ ਸੀਰਤੁਲ ਨਬੀ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੇ ਅੰਦਰੋਂ ਇੱਕ ਬੜਾ ਅਜ਼ੀਮ ਪਹਿਲੂ ਤੁਸਾਂ ਅਹਬਾਬ ਦੇ ਸਾਹਮਣੇ ਰੱਖਣਾ ਚਾਹੁੰਦਾ ਰਹਿਮਤ ਮੁਸਤਫਾ ਸ਼ਫਕਤ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨਬੀ ਪਾਕ ਆਪਣੀ ਉਮਤ ਵਾਸਤੇ ਬਲਕਿ ਤਮਾਮ ਜਹਾਨਾਂ ਵਾਸਤੇ ਰਹਿਮਤੁਲ ਲਿਲ ਆਲਮੀਨ ਨਬੀ ਬਣ ਕੇ ਆਏ ਨੇ ਸਹੀ ਮੁਸਲਮ ਦੇ ਅੰਦਰ ਹਦੀਸ ਪਾਕ ਮੌਜੂਦ ਹੈ ਔਰ ਸਹੀ ਉਲ ਬੁਖਾਰੀ ਦੇ ਅੰਦਰ ਵੀ ਇਹ ਹਦੀਸ ਮੌਜੂਦ ਹੈ ਨਬੀ ਅਲੈਹਿ ਸਲਾਤੁ ਵਸਲਾਮ ਅੱਲਾ ਪਾਕ ਨੇ ਇੱਕ ਅਜ਼ੀਮ ਮੌਜਜ਼ਾ ਮੇਰੇ ਪੈਗੰਬਰ ਨੂੰ ਅਦਾ ਕੀਤਾ ਨਬੀ ਅਲੈਹਿ ਸਲਾਤੁ ਵਸਲਾਮ ਰੱਬ ਦੀਆਂ ਜੰਨਤਾਂ ਦੀ ਸੈਰ ਕਰਨ ਵਾਸਤੇ ਗਏ ਨੇ ਜੰਨਤ ਵੇਖੇ ਜੰਨਤ ਦੇ ਨਜ਼ਾਰੇ ਵੇਖੇ ਆਸਮਾਨਾਂ ਦੀ ਸੈਰ ਕੀਤੀ ਤੇ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਵਾਪਸ ਆ ਰਹੇ ਨੇ ਤੇ ਅੱਲਾ ਪਾਕ ਨੇ ਇੱਕ ਤੋਹਫ਼ਾ ਨਬੀ ਪਾਕ ਨੂੰ ਅਦਾ ਕੀਤਾ 50 ਨਮਾਜ਼ਾਂ ਦਾ ਕਿੰਨੀਆਂ ਨਮਾਜ਼ਾਂ 50 ਨਮਾਜ਼ਾਂ ਜ਼ਰਾ ਬੇਦਾਰ ਹੋ ਕੇ ਬੈਠੋ ਮੈਨੂੰ ਪਤਾ ਲੱਗੇ ਤੁਸੀਂ ਸੁਣਦੇ ਪਏ ਤੇ ਮੈਂ ਤੁਹਾਨੂੰ ਕੁਝ ਸੁਣਾ ਰਿਹਾ 50 ਨਮਾਜ਼ਾਂ ਦਾ ਅੱਲਾ ਪਾਕ ਨੇ ਗਿਫਟ ਔਰ ਤੋਹਫ਼ਾ ਅਦਾ ਕੀਤਾ ਨਬੀ ਪਾਕ ਆਸਮਾਨ ਤੋਂ ਨੀਚੇ ਆ ਰਹੇ ਨੇ ਤੇ ਹਜ਼ਰਤ ਮੂਸਾ ਅਲੈਹਿ ਸਲਾਤੁ ਵਸਲਾਮ ਨਾਲ ਮੁਲਾਕਾਤ ਹੋਈ ਮੂਸਾ ਅਲੈਹਿ ਸਲਾਮ ਆਉਂਦੇ ਨੇ ਸੋਹਣਿਓ ਮੈਂ ਦੁਨੀਆ ਤੋਂ ਹੋ ਕੇ ਆਇਆ ਮੇਰਾ ਤਜਰਬਾ ਔਰ ਅੰਦਾਜ਼ਾ ਇਹ ਕਹਿੰਦਾ ਤੁਹਾਡੀ ਉਮਤ ਦੇ ਲੋਕ 50 ਨਮਾਜ਼ਾਂ ਅਦਾ ਨਹੀਂ ਕਰ ਸਕਣਗੇ ਲਿਆਦਾ ਇੱਕ ਮਰਤਬਾ ਫਿਰ ਰੱਬ ਕੋਲੋਂ ਜਾਓ ਇਹਨਾਂ ਨਮਾਜ਼ਾਂ ਦੇ ਅੰਦਰ ਤਖਫੀਫ ਸਹੀ ਮੁਸਲਮ ਦੇ ਅੰਦਰ 5 ਨਮਾਜ਼ਾਂ ਔਰ ਸਹੀ ਉਲ ਬੁਖਾਰੀ ਦੇ ਅੰਦਰ ਅੱਲਾ ਪਾਕ ਨੇ 10 ਨਮਾਜ਼ਾਂ ਦੀ ਕਟੌਤੀ ਕਰ ਦਿੱਤੀ ਹਰ ਚੱਕਰ 'ਤੇ 5 ਜਾਂ 10 ਨਮਾਜ਼ਾਂ ਘਟਦੀਆਂ 5 ਨਮਾਜ਼ਾਂ ਰਹਿ ਗਈਆਂ ਅਤੇ ਨਬੀ ਅਲੈਹਿ ਸਲਾਤੁ ਵਸਲਾਮ ਦੇ ਜ਼ਿਹਨ ਦੇ ਅੰਦਰ ਖਿਆਲ ਆਇਆ ਪਹਿਲੀਆਂ ਜੋ ਉਮਤਾਂ ਗੁਜ਼ਰੀਆਂ ਨੇ ਉਹਨਾਂ ਦੀਆਂ ਉਮਰਾਂ ਵੀ ਬਹੁਤ ਜ਼ਿਆਦਾ 100-100 ਸਾਲ 500-500 ਸਾਲ ਅਤੇ ਮੇਰੀ ਉਮਰ ਦੀ ਉਮਰ ਵੀ ਥੋੜ੍ਹੀ ਨਮਾਜ਼ਾਂ ਵੀ ਸਿਰਫ 5 ਲੈ ਕੇ ਆ ਰਿਹਾ ਵਾਂ ਉਮਰਾਂ ਥੋੜ੍ਹੀਆਂ ਨਮਾਜ਼ਾਂ 5 ਉਮਰ ਥੋੜ੍ਹੀ ਅਤੇ ਜ਼ਹਿਰ ਨੇਕੀਆਂ ਵੀ ਥੋੜ੍ਹੀਆਂ ਹੋਣਗੀਆਂ ਜੰਨਤ ਦੇ ਅੰਦਰ ਦਰਜਾਤ ਜਿਹੜੇ ਮਿਲਣਗੇ ਉਹ ਨੇਕੀਆਂ ਦੀ ਵਜ੍ਹਾ ਨਾਲ ਮਿਲਣਗੇ ਪਹਿਲੀਆਂ ਉਮਤਾਂ ਦੀਆਂ ਉਮਰਾਂ ਜ਼ਿਆਦਾ ਅਤੇ ਨੇਕੀਆਂ ਵੀ ਜ਼ਿਆਦਾ ਮੇਰੇ ਉਮਰ ਦੀ ਉਮਰ ਥੋੜ੍ਹੀ ਨਬੀ ਅਲੈਹਿ ਸਲਾਤੁ ਵਸਲਾਮ ਇਸੇ ਗਮ ਔਰ ਪਰੇਸ਼ਾਨੀ ਦੇ ਅੰਦਰ ਮੁਬਤਲਾ ਨੇ ਅੱਲਾ ਜ਼ੁਲ ਜਲਾਲ ਫਰਮਾਉਂਦੇ ਨੇ ਸੋਹਣਿਓ ਪਰੇਸ਼ਾਨ ਹੋਣ ਦੀਆਂ ਜ਼ਰੂਰਤਾਂ ਨਹੀਂ
ਤੁਹਾਡੀ ਉਮਤ ਦੇ ਲੋਕ ਪੜ੍ਹਨਗੇ ਪੰਜ ਨਮਾਜ਼ਾਂ, ਮੈਂ ਰੱਬ ਪੰਜਾਵਾਂ ਦਾ ਅਜਰੋ ਸਵਾਬ ਅਤਾ ਕਰ ਦਿਆਂਗਾ। ਇਹ ਨਬੀ ਪਾਕ ਦੀ ਆਪਣੀ ਉਮਤ ਤੇ ਸ਼ਫਕਤ ਹੈ। ਗੌਰ ਕਰਨਾ, ਤਵੱਜੋ ਫਰਮਾਨਾ, ਕੁਰਾਨ ਪਾਕ ਨਬੀ ਪਾਕ ਦੀ ਰਹਿਮਤ ਔਰ ਸ਼ਫਕਤ ਦਾ ਤਜ਼ਕਰਾ ਕਰਦਾ ਹੈ। ਮੌਲਾ ਕਰੀਮ ਐਲਾਨ ਫਰਮਾ ਰਹੇ ਨੇ, ਇਹ ਮੇਰੇ ਮਹਿਬੂਬ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸੋਹਣੇ ਮਹਿਬੂਬਾ ਐਲਾਨ ਫਰਮਾ ਦਿਓ, ਇਮਾਮੇ ਕਾਇਨਾਤ ਦੀਆਂ ਰਹਿਮਤਾਂ ਦਾ ਤਜ਼ਕਰਾ, ਮੇਰੇ ਪੈਗੰਬਰ ਦੀਆਂ ਸ਼ਫਕਤਾਂ ਦਾ ਤਜ਼ਕਰਾ, ਇਮਾਮੇ ਕਾਇਨਾਤ ਦੀ ਮਿਹਰਬਾਨੀ ਦਾ ਤਜ਼ਕਰਾ। ਇੱਧਰ ਮੇਰੀ ਤਰਫ ਵੇਖਿਆ ਜੇ, ਕੁਰਾਨ ਸੁਣਿਆ ਜੇ, ਉਸਤਾਦ ਮੋਹਤਰਮ ਅਸਟੇਜ ਤੇ ਤਸ਼ਰੀਫ ਫਰਮਾ ਨੇ, ਮੈਂ ਉਸਤਾਦ ਮੋਹਤਰਮ ਦਾ ਅਦਨਾ ਜਿਹਾ ਤਾਲੇ ਬਿਨਾਂ ਤੇ ਸ਼ਗਿਰਦ ਉਸਤਾਦ ਮੋਹਤਰਮ ਦੀ ਮੌਜੂਦਗੀ ਅੱਲਾ ਜ਼ੁਲ ਜਲਾਲ ਐਲਾਨ ਫਰਮਾ ਰਹੇ ਨੇ, ਕਹਿਣਾ ਦਿਲ ਲੋਗੋ, ਮੇਰਾ ਪੈਗੰਬਰ ਆਖਰੀ ਰਸੂਲ ਤੇ ਆਖਰੀ ਨਬੀ ਇਹ ਲੋਕਾਂ ਵਾਸਤੇ ਹਰੀਸ ਬਣ ਕੇ ਆਇਆ। ਇਹਦੇ ਦਿਲ ਦੇ ਅੰਦਰ ਲਾਲਚ ਤੇ ਤਮਾ ਮੌਜੂਦ ਹੈ ਕਿ ਜਿਹੜੀ ਮੇਰੀ ਉਮਤ ਦੇ ਲੋਕ ਜਹੰਨਮ ਦੇ ਰਸਤੇ ਤੇ ਗਾਮਜ਼ਦ ਹੋ ਚੁੱਕੇ ਨੇ, ਇਹ ਜਹੰਨਮ ਦੇ ਰਸਤੇ ਤੋਂ ਹਟ ਕੇ ਜਨਤਾ ਦੇ ਵਾਰਸ ਬਣ ਜਾਣ। ਮੇਰੇ ਪੈਗੰਬਰ ਨੂੰ ਇਹ ਲਾਲਚ ਤੇ ਤਮਾ ਜਿਹੜੇ ਜਹੰਨਮ ਦੇ ਕਿਨਾਰਿਆਂ ਤੇ ਪਹੁੰਚ ਚੁੱਕੇ ਨੇ, ਮੇਰੇ ਮੁਰਸ਼ਦ ਪਾਕ ਉਹਨਾਂ ਦੇ ਕੰਧਿਆਂ ਤੋਂ ਪਕੜ ਕੇ ਜਹੰਨਮ ਦੇ ਰਸਤੇ ਤੋਂ ਹਟਾ ਕੇ ਜੰਨਤ ਦੇ ਜਿਵੇਂ ਰੋਡ ਤੇ ਚੜਾ ਰਹੇ ਨੇ। ਇੱਧਰ ਮੇਰੀ ਤਰਫ ਵੇਖਿਆ ਜੇ, ਅਸੀਂ ਸੁਣ ਅਲੈਹਿ ਮਾ ਅਨਿਤੋ ਹਰੀ ਸੁਣ ਅਲੈਕੁਮ ਬਿਲ ਮੋਮਿਨੀਨ ਰਊਫ ਰਹੀਮ। ਮੇਰੇ ਪੈਗੰਬਰ ਰਊਫ ਰਹੀਮ ਨਬੀ ਮੋਮਿਨਾਂ ਵਾਸਤੇ ਬਣ ਕੇ ਆਏ ਨੇ। ਇੱਧਰ ਮੇਰੀ ਤਰਫ ਵੇਖਿਆ ਜੇ, ਕੁਰਾਨੇ ਪਾਕ ਦਾ ਕੋਲ ਮੁਕਾਮ ਸੁਣਨਾ, ਕੁਰਾਨੇ ਪਾਕ ਦਾ ਚੌਥਾ ਸਿਪਾਰਾ, ਇਨਸ਼ਾਅੱਲਾ ਹਵਾਲੇ ਦਾ ਜ਼ਿੰਮੇਦਾਰ ਅੱਲਾ ਫਰਮਾਉਂਦੇ ਨੇ, ਫਬਿਮਾ ਰਹਿਮਤਿਨ ਮਿਨ ਅੱਲਾਹਿ ਲਿਨਤ ਲਹੁ ਵਲਉ ਕੁਨਤ ਫਜ਼ਨ ਗ਼ਲੀਜ਼ ਅਲਕਲਬਿ ਲਨਫਜ਼ੂ ਮਿਨ ਹੌਲਿਕਾ ਫਾਫੁ ਅਨਹੁ ਵਸਤਗ਼ਫਿਰ ਲਹੁਮ ਵਸ਼ਾਵਿਰਹੁਮ ਫਿਲ ਅਮਰਿ ਫਇਜ਼ਾ ਅਜ਼ਮਤ ਫਤਵੱਕਲ ਅਲੱਲਾਹ ਇਨਲਾਹ ਯੁਹਿੱਬੁਲ ਮੁਤਵੱਕਲੀਨ। ਕਿਸਮਤ ਦੇ ਬਾਤ ਮੁਕਦਰਾਂ ਦੇ ਸੌਦੇ, ਕਈਆਂ ਦੇ ਨਸੀਬਾਂ ਦੇ ਅੰਦਰ ਇਮਾਮਾਂ ਦੇ ਕੋਲ ਆਏ ਨੇ, ਕਈਆਂ ਦੇ ਨਸੀਬਾਂ ਦੇ ਅੰਦਰ ਕਹਾਣੀਆਂ ਤੇ ਕਿੱਸੇ ਆਏ ਨੇ। ਮੈਂ ਸਦਕੇ ਕੁਰਬਾਨ ਜਾਵਾਂ, ਅੱਲਾ ਜ਼ੁਲ ਜਲਾਲ ਨੇ ਐਲੇ ਹਦੀਸ ਨੂੰ ਜੋ ਇਨਾਮ ਦਿੱਤਾ ਹੈ, ਇਹ ਰੱਬ ਦਾ ਕੁਰਾਨ ਹੈ, ਮੁਰਸ਼ਦ ਪਾਕ ਦਾ ਫਰਮਾਨ ਹੈ। ਇੱਧਰ ਮੇਰੀ ਤਰ੍ਹਾਂ ਵੇਖਿਆ ਜੇ, ਕੁਰਾਨ ਸੁਣਿਆ ਜੇ, ਸਾਡੇ ਦਾਵਤ ਤੇ ਗੌਰ ਕਰਿਆ ਜੇ, ਮੇਰਾ ਔਰ ਮੇਰੇ ਉਸਤਾਦ ਮੋਹਤਰਮ ਦਾ ਮਨਹਜ ਤੇ ਅਕੀਦਾ ਕੀ ਹੈ? ਫਬਿਮਾ ਰਹਿਮਤਿਨ ਮਿਨ ਅੱਲਾਹਿ ਲਿਨਤ ਲਹੁ ਵਲਉ ਕੁਨਤ ਫਜ਼ਨ ਗ਼ਲੀਜ਼ ਅਲਕਲਬਿ। ਅੱਲਾ ਜ਼ੁਲ ਜਲਾਲ ਫਰਮਾਉਂਦੇ ਨੇ, ਸੁਣਿਓ, ਮੈਂ ਰੱਬ ਨੇ ਤੁਹਾਨੂੰ ਨਰਮ ਬੋ ਬਣਾ ਦਿੱਤਾ, ਅਗਰ ਤੁਸੀਂ ਸਖਤ ਦਿਲ ਹੁੰਦੇ, ਜਿਤਨੇ ਵੀ ਪੈਗੰਬਰ ਦੇ ਯਾਰ ਸੁਣਿਓ ਤੁਹਾਡੇ ਕਰੀਬ ਆਏ ਨੇ,
ਹੈ ਜਿਤਨੇ ਵੀ ਤੁਹਾਡੇ ਗੁਲਾਮ ਤੁਹਾਡੇ ਕਰੀਬ ਆਏ ਨੇ ਇਹ ਤੁਹਾਡੇ ਕਰੀਬ ਨਾ ਆਉਂਦੇ ਇਹ ਮੇਰੇ ਪੈਗੰਬਰ ਦੀ ਸ਼ਫਕਤ ਦਾ ਅਸਰ ਹੈ ਇਮਾਮੇ ਕਹਿਨਾਤ ਦੇ ਨਰਮ ਦਿਲ ਹੋਣ ਦਾ ਤਜ਼ਕਰਾ ਇੱਧਰ ਮੇਰੀ ਤਰਫ ਵੇਖਿਆ ਜੇ ਹਜ਼ਰਤ ਬਿਲਾਲ ਹਬਸ਼ੇ ਤੋਂ ਚੱਲ ਕੇ ਆਏ ਨੇ ਮੇਰੇ ਪੈਗੰਬਰ ਦੇ ਕਦਮਾਂ ਦੇ ਅੰਦਰ ਡੇਰੇ ਲਾਏ ਨੇ ਇਹ ਨਬੀ ਪਾਕ ਦੀ ਨਰਮ ਦਿਲੀ ਦੀ ਵਜ੍ਹਾ ਨਾਲ ਆਪਣਾ ਇਲਾਕਾ ਆਪਣਾ ਅਬਾ ਅੱਦਾ ਦਾ ਕੁੰਬਾ ਕਬੀਲਾ ਛੱਡ ਕੇ ਮੇਰੇ ਪੈਗੰਬਰ ਦੇ ਕਦਮਾਂ ਦੇ ਅੰਦਰ ਡੇਰੇ ਲਾਏ ਨੇ ਇੱਧਰ ਮੇਰੀ ਤਰਫ ਤੱਕਿਆ ਜੇ ਹਜ਼ਰਤ ਸੁਹੇਬ ਨੇ ਰੂਮ ਛੱਡ ਦਿੱਤਾ ਮੇਰੇ ਪੈਗੰਬਰ ਦੇ ਕਦਮਾਂ ਦੇ ਅੰਦਰ ਡੇਰੇ ਲਾਏ ਨੇ ਇਹ ਇਮਾਮੇ ਕਹਿਨਾਤ ਦੀ ਸ਼ਕਤ ਦੀ ਵਜ੍ਹਾ ਨਾਲ ਸ਼ਕਤ ਦਾ ਅਸਰ ਹੈ ਹਜ਼ਰਤ ਸਲਮਾਨ ਫਾਰਸ ਤੋਂ ਚੱਲ ਕੇ ਆਏ ਨੇ ਮੇਰੇ ਪੈਗੰਬਰ ਦੇ ਕਦਮਾਂ ਦੇ ਅੰਦਰ ਡੇਰੇ ਲਾਏ ਨੇ ਨਬੀ ਪਾਕ ਦੇ ਜਿਤਨੇ ਯਾਰ ਆਏ ਨੇ ਇਮਾਮੇ ਕਹਿਨਾਤ ਦੀ ਜ਼ੁਬਾਨ ਦੀ ਵਜ੍ਹਾ ਨਾਲ ਮੇਰੇ ਪੈਗੰਬਰ ਦੇ ਅਖਲਾਕੋ ਕਿਰਦਾਰ ਦੀ ਵਜ੍ਹਾ ਨਾਲ ਨਬੀ ਪਾਕ ਦੇ ਦੀਵਾਨੇ ਬਣੇ ਨੇ ਮੇਰੇ ਮੁਰਸ਼ਦ ਪਾਕ ਦੇ ਪਰਵਾਨੇ ਬਣੇ ਨੇ ਇੱਧਰ ਮੇਰੀ ਤਰਫ ਵੇਖਿਆ ਜੇ ਚਾਰ ਚੁਫੇਰੇ ਪਈਆਂ ਸੋਨੇ ਦੀਆਂ ਧੁੰਮਾਂ ਨੇ ਫੁੱਲ ਕਰ ਮਿੱਠਾ ਸੁਸ਼ੈਦ ਕਰ ਦਿੱਤਾ ਧੁੰਮਾਂ ਨੇ ਜੇ ਅੱਲਾ ਲੈ ਆਏ ਮੌਕਾ ਮੈਂ ਕਦਮ ਜਾ ਚੁੰਮਾਂ ਨੇ ਹੋ ਜਾਏ ਹੁਜ਼ੈਫਾ ਉੱਤੇ ਫਜ਼ਲ ਗਫਾਰ ਦਾ ਨਾਮ ਮੁਹੰਮਦ ਵਾਲਾ ਕਾਲ ਜਠਾਰ ਦਾ ਸੱਲੱਲਾਹੁ ਅਲੈਹਿ ਵਸੱਲਮ ਅਗਲਾ ਜੁਮਲਾ ਬੜਾ ਕਮਾਲ ਹੈ ਇੱਧਰ ਮੇਰੀ ਤਰਫ ਤੱਕਿਆ ਜੇ ਤੁਹਾਡੇ ਸੀਨੇ ਦੇ ਅੰਦਰ ਠੰਡ ਪੈਣ ਲੱਗੀ ਹੈ ਅੰਦਰ ਬਾਰਾ ਖਾਨਾ ਵਾਦਾ ਕੀਤਾ ਰਹਿਮਾਨ ਨੇ ਅੰਦਰ ਬਾਰਾ ਖਾਨਾ ਵਾਦਾ ਕੀਤਾ ਰਹਿਮਾਨ ਨੇ ਨਾਮ ਤੇਰੇ ਦਾ ਕਲਮਾ ਪੜਨਾ ਜਹਾਨ ਨੇ ਸਾਰਿਆਂ ਨਬੀਆਂ ਤੋਂ ਉੱਚਾ ਸ਼ਾਨ ਪਾਇਆ ਸੁਲਤਾਨ ਨੇ ਘਰ ਘਰ ਪਹੁੰਚਿਆ ਵੇਖੋ ਨਾਮ ਸਰਕਾਰ ਦਾ ਨਾਮ ਮੁਹੰਮਦ ਵਾਲਾ ਕਾਲ ਜਠਾਰ ਦਾ ਸੱਲੱਲਾਹੁ ਅਲੈਹਿ ਵਸੱਲਮ ਕੁਰਾਨ ਪਾਕ ਦਾ ਤੀਸਰਾ ਮੁਕਾਮ ਸੁਣ ਲਓ ਕਾਬਾ ਦੇ ਰੱਬ ਤੇ ਅਜ਼ਮਤ ਗਵਨ ਗਵਾ ਬਣਾ ਕੇ ਆਖਾਂ ਕੁਰਾਨ ਪਾਕ ਦੀਆਂ ਐਤਾਂ ਮੈਨੂੰ ਹੁੱਜਾਂ ਪਈਆਂ ਮਾਰਦੀਆਂ ਨੇ ਕਾਰੇ ਜੀ ਐ ਵੀ ਤੇ ਪੈਗੰਬਰ ਦੀ ਅਜ਼ਮਤ ਦੇ ਅੰਦਰ ਫਰਮਾਨ ਹੈ ਐ ਵੀ ਤੇ ਸੁਣਾ ਦਿਓ ਨਾ ਕੁਰਾਨ ਪਾਕ ਦੀਆਂ ਐਤਾਂ ਮੈਨੂੰ ਬੋਲ ਬੋਲ ਕੇ ਆਉਂਦੀਆਂ ਨੇ ਕੁਰਾਨ ਪਾਕ ਦਾ ਐ ਵੀ ਮੁਕਾਮ ਤੇ ਪੈਗੰਬਰ ਦੀ ਸ਼ਕਤ ਤੇ ਰਹਿਮਤ ਦਾ ਤਲਕਰਾ ਕਰਦਾ ਹੈ ਇੱਧਰ ਮੇਰੀ ਤਰਫ ਵੇਖਿਆ ਜੇ ਸੌ ਹੱਥ ਰੱਸਾ ਤੇ ਸਿਰੇ ਤੇ ਗੰਢੇ ਮੇਰੇ ਪੈਗੰਬਰ ਦੇ ਪੂਰੇ ਦੇ ਪੂਰੀ ਜ਼ਿੰਦਗੀ ਮੇਰੇ ਤੇਰੇ ਵਾਸਤੇ ਬਿਹਤਰੀਨ ਨਮੂਨਾ ਅੱਲਾ ਫਰਮਾਉਂਦੇ ਨੇ ਲਕਦ ਕਾਨ ਲਕੂ ਫੇਰ ਰਸੂਲ ਲਾਹੇ ਉਸ ਵਤਨ ਹਸਨਾਨ ਲਿਮਨ ਕਾਨ ਯਰ ਜੁਲਾਹਾ ਵਲ ਯੌਮ ਅਲ ਆਖਿਰਾ ਵਸਕਰ ਅੱਲਾਹ ਕਸੀਰਾ ਮੇਰੇ ਪੈਗੰਬਰ ਦੇ ਸ਼ਾਨ ਤੇ ਰੱਬ ਦਾ ਕੁਰਾਨ ਹੈ ਕੁਰਾਨ ਪਾਕ ਦਾ ਕੌਰ ਮੁਕਾਮ ਸੁਣਿਆ ਜੇ ਅੱਲਾ ਫਰਮਾਉਂਦੇ ਨੇ ਵਮਾ ਅਰਸਲਨਾਕਾ ਇਲਾ ਰਹਿਮਤਲ ਆਲਮੀ ਇੱਧਰ ਮੇਰੀ ਤਰਫ ਵੇਖਿਆ ਜੇ ਸਾਡੇ ਕੋਲ ਦੋ ਹੀ ਚੀਜ਼ਾਂ ਮੌਜੂਦ ਨੇ ਇੱਕ ਤੇ ਰੱਬ ਦਾ ਕੁਰਾਨ ਹੈ ਦੂਸਰਾ ਮੱਕੀ ਪਾਕ ਮੁਰਸ਼ਦ ਦਾ ਫਰਮਾਨ ਹੈ ਇੱਧਰ ਮੇਰੀ ਤਰਫ ਵੇਖਿਆ ਜੇ ਸਹੀ ਮੁਸਲਮ ਦੇ ਅੰਦਰ ਹਦੀਸ ਮੌਜੂਦ ਹੈ ਹਜ਼ਰਤ ਅਬਦੁੱਲਾ ਬਿਨ ਅਮਰ ਬਿਨ ਆਸ ਰਜ਼ੀ ਅੱਲਾਹੁ ਤਾਲਾ ਅਨਹੋ ਇਸ ਹਦੀਸ ਦੇ ਰਾਵੀ ਨੇ ਮੈਂ ਇਸ ਹਦੀਸ ਨੂੰ ਇਹ ਸਾਬਤ ਕਰਨਾ ਚਾਹਨਾ ਇਮਾਮੇ ਕਹਿਨਾ ਤਮਾਮ ਜਹਾਨ ਵਾਸਤੇ ਰਹਿਮਤ
بن کے آئے نے میرے پیغمبر رحمت للعالمین نبی بن کے آئے نے صحیح مسلم دی حدیث سنیا جے حضرت عبداللہ بیان کر دے نے نبی پاک ایک دن نماز پہ پڑھ دے نے میرے مرشد پاک نماز دے اندر رب دے قرآن دی تلاوت پہ کر دے نے امام کائنات حضرت ابراہیم علیہ السلام دا تذکرہ پہ کر دے نے حضرت ابراہیم نے اپنی امت دے لوگاں دیاں ڈوریاں اپنی قوم قبیلے دیاں ڈوریاں رب دے ہاتھ اندر پکڑا دتیاں نے حضرت ابراہیم آندے نے عرش والے رب انہن اضللن کثیرا من الناس فمن تبعنی فانه منی ومن عصانی فانک غفور رحیم عرش والے جنہاں نے میرا کلمہ پڑھیا اے بندے تا میرے نے میرے مرید بن گئے نے تے جنہاں نے کلمہ نہیں پڑھیا جنہاں نے میریاں نا فرمانیاں دتیاں نے اللہ او تیرے سپرد نے امام کائنات نے قرآن دا مقام پڑھیا پڑھدیاں پڑھدیاں کہ حضرت عیسیٰ علیہ السلام دا تذکرہ اللہ فرمان دے میں ان کو عذب ہوں فانہم عبادک وان تغفر لہم فانک انت العزیز الحکیم حضرت عیسیٰ علیہ السلام اپنی امت نو بے یار مددگار چھوڑ دیتا ہے حضرت عیسیٰ کہن لگے عرش والے انہاں نے میریاں گلاں نہیں منیاں اللہ انہاں نے میریاں نا فرمانیاں کیتیاں نے اللہ جے اگر تو انہاں نو عذاب دے میں بندے پھر بھی تیرے نے اللہ جے اگر معاف کر دے بندے پھر بھی تیرے نے نبی پاک نے آیت مبارکہ تلاوت کیتی ہے امام کائنات نے ہاتھ آسمان دی طرف اٹھائے نے آندے نے عرشاں والے رب امتی و بقا امام کائنات نے ہاتھ آسمان وال اٹھائے نے میرے مرشد پاک دیاں اکھاں وچوں سوتری پتری پڈول پے نے امام کائنات روندے نے نعرے پیندے نے عرشاں والے میری امت اللہ میری امت اللہ جل جلال فرماندے نے جبرائیل جا چلا جا میرے مرشد پاک دے کول جا کے پوچھ کے آ سونے رون دی وجہ کی ہے میرے مرشد پاک نے وجہ بیان کیتی حضرت جبرائیل علیہ السلام آسمان تے کہنے عرشاں والے تیرے پیغمبر نے اے وجہ بیان کیتی ہے اللہ جل جلال فرماندے نے سونے جبرائیل جا چلا جا میرے مرشد پاک دے کول جا کے میں رب دا پیغام دے دے انا سنرزی کفی امتی کا سونے قیامت دا دن ہوئے گا جی میں آمدے جاؤ گے میں رب او میں کردہ جاواں گا جی میں آمدے جاؤ گے میں رب میں کردا جاواں گا تیرے میرے لئی میرے مرشد پاک کدی یاراں دے اندر بہ کے روندے نے او کدی غاراں دے اندر بہ کے روندے نے کدی نبی پاک مکے دے اندر میرے تیرے واسطے آنسو پہ بہاندے نے کدی مرشد پاک مدینے دے اندر آنسو پہ بہاندے نے ایدھر میری طرف ویکھیا جے او کدی منگ دے بے کے یاراں دے وچ کدے روندے کلے جا جا کے غاراں دے وچ کنا فکر سی امت دا پیر نو ساری زندگی اوتے رب نو مناندا گیا او جیڑے کولا گئے او صحابہ بنے ٹکٹ جنت دے سونا
ਆਤਾਂਦਾ ਗਿਆ ਇਧਰ ਮੇਰੀ ਤਰਫ ਵੇਖਿਆ ਜੇ ਸਾਡਾ ਅੱਗੇ ਦਾ ਇਮਾਨ ਕੀ ਹੈ ਸਾਡਾ ਮਨਹਜ ਕੀ ਹੈ ਕੁਰਾਨੇ ਪਾਕ ਪੂਰਾ ਦਾ ਪੂਰਾ ਮੇਰੇ ਪੈਗੰਬਰ ਦੀਆਂ ਸ਼ਕਤਾਂ ਦਾ ਤਲਕਰਾ ਕਰਦਾ ਹੈ ਕੁਰਾਨੇ ਪਾਕ ਪੂਰਾ ਦਾ ਪੂਰਾ ਮੇਰੇ ਪੈਗੰਬਰ ਦੀਆਂ ਰਹਿਮਤਾਂ ਦਾ ਤਲਕਰਾ ਕਰਦਾ ਹੈ ਮੇਰਾ ਮਨਹਜ ਤੇ ਅਕੀਦਾ ਕੀ ਹੈ ਕੁਰਾਨੇ ਪਾਕ ਦੇ ਅੰਦਰ ਤੇ ਪਾਰੇ ਮੌਜੂਦ ਨੇ ਤੀਆਂ ਪਾਰਿਆਂ ਦੇ ਅੰਦਰ ਇੱਕ ਪਾਰਾ ਵੀ ਐਸਾ ਨਹੀਂ ਮਿਲੇਗਾ ਜਿਹਦੇ ਅੰਦਰ ਮੇਰੇ ਪੈਗੰਬਰ ਦੀ ਅਜ਼ਮਤ ਤੇ ਸ਼ਾਨ ਮੁਕਾਮ ਨਾ ਬਿਆਨ ਹੋਇਆ ਹੋਵੇ ਤੀਆਂ ਸਿਪਾਰਿਆਂ ਦੇ ਅੰਦਰ 114 ਸੂਰਤਾਂ ਨੇ ਕੁਰਾਨੇ ਪਾਕ ਵਿੱਚ ਕੋਈ ਐਸੀ ਸੂਰਤ ਨਹੀਂ ਮਿਲਣੀ ਮੀਆਂ ਜਿਹਦੇ ਅੰਦਰ ਮੇਰੇ ਪੈਗੰਬਰ ਦਾ ਤਲਕਰਾ ਮੌਜੂਦ ਨਾ ਹੋਵੇ 114 ਸੂਰਤਾਂ ਦੇ ਅੰਦਰ ਕਮੋ ਪੇਸ਼ 6666 ਆਯਾਤ ਮੌਜੂਦ ਨੇ ਹਰ ਐਤ ਦੇ ਅੰਦਰ ਪੈਗੰਬਰ ਦੀ ਅਜ਼ਮਤ ਤੇ ਸ਼ਾਨ ਤੇ ਮਕਾਮ ਬਿਆਨ ਹੋਇਆ ਬਲਕਿ ਮੈਂ ਇੱਕ ਹੋਰ ਕਦਮ ਅੱਗੇ ਬਣਨਾ ਵਾ ਜਿਹਨੂੰ ਹਰੂਫ ਦੇ ਨਾਲ ਅੱਲਾ ਜ਼ੁਲ ਜਲਾਲ ਨੇ ਕੁਰਾਨੇ ਪਾਕ ਨੂੰ ਤਰਤੀਬ ਦਿੱਤਾ ਹੈ ਇਹ ਹਰੂਫ ਵੀ ਮੇਰੇ ਪੈਗੰਬਰ ਦੀ ਅਜ਼ਮਤ ਤੇ ਸ਼ਾਨ ਬਿਆਨ ਕਰਦੇ ਨੇ ਮੈਂ ਮੁਤਾਲਿਆ ਕੀਤਾ ਮੈਨੂੰ ਤੇ ਇੱਕ ਗੱਲ ਹੀ ਸਮਝ ਆਈ ਹੈ ਅਲਿਫ ਸੇ ਮੇਰੇ ਆਕਾ ਅਹਿਮਦ ਹੈ ਮੁਝ ਤਬਾ ਬਣ ਕੇ ਆਏ ਬਾ ਸੇ ਮੇਰੇ ਆਕਾ ਬਰਕਤੋਂ ਵਾਲੇ ਬਣ ਕੇ ਆਏ ਤਾ ਸੇ ਮੇਰੇ ਆਕਾ ਤਕਵੇ ਵਾਲੇ ਬਣ ਕੇ ਆਏ ਸਾ ਸੇ ਮੇਰੇ ਆਕਾ ਸਾਮੇ ਰਾਤ ਜੰਨਤ ਕੀ ਖੁਸ਼ਖਬਰੀ ਦੇਣੇ ਵਾਲੇ ਬਣ ਕੇ ਆਏ ਜੰਨਤ ਦੇ ਉੱਚੇ ਬੋਲੋ ਜੰਨਤ ਦੇ ਔਰ ਜਿੰਨਾ ਜੰਨਤ ਜਾਣਾ ਹੈ ਉੱਥੇ ਬੋਲੋ ਜਿੰਨਾ ਨਹੀਂ ਜਾਣਾ ਚੁੱਪ ਕਰਕੇ ਬੋ ਜੰਨਤ ਜਾਣਾ ਕਿ ਨਹੀਂ ਫਿਰ ਉੱਚੇ ਬੋਲੋ ਹੱਥ ਚੁੱਕ ਕੇ ਬੋਲੋ ਸਾਹ ਸੇ ਮੇਰੇ ਆਕਾ ਜੰਨਤ ਕੇ ਸਰਦਾਰ ਬਣ ਕੇ ਆਏ ਜੰਨਤ ਕੇ ਸਮਾਂ ਰਾਤ ਕੇ ਖੁਸ਼ਖਬਰੀ ਦੇਣੇ ਵਾਲੇ ਬਣ ਕੇ ਆਏ ਜਿਨ ਸੇ ਮੇਰੇ ਪੈਗੰਬਰ ਜੰਨਤ ਕੇ ਸਰਦਾਰ ਬਣ ਕੇ ਆਏ ਹਾ ਸੇ ਮੇਰੇ ਹਾਕਾ ਹਾਮਲੇ ਕੁਰਾਨ ਬਣ ਕੇ ਆਏ ਖਾ ਸੇ ਮੇਰੇ ਪੈਗੰਬਰ ਖਾਤਮੁਨ ਨਬੀ ਜੀਨ ਬਣ ਕੇ ਆਏ ਦਾਲ ਸੇ ਮੇਰੇ ਪੈਗੰਬਰ ਦਾ ਇਨ ਇਲੱਲਾ ਵਾਲੀ ਦਾਵਤ ਕੋ ਇਸ ਕਾਇਨਾਤ ਮੇ ਫੈਲਾਨੇ ਕੇ ਲੀਏ ਆਏ ਦਾਲ ਸੇ ਮੇਰੇ ਪੈਗੰਬਰ ਜ਼ਿਕਰ ਇਲਾਹੀ ਕਰਨੇ ਵਾਲੇ ਬਣ ਕੇ ਆਏ ਰਾਹ ਸੇ ਮੇਰੇ ਪੈਗੰਬਰ ਰਹਿਮਤੁਲਿਲ ਆਲਮੀਨ ਨਬੀ ਬਣ ਕੇ ਆਏ ਜ਼ਾ ਸੇ ਮੇਰੇ ਪੈਗੰਬਰ ਜ਼ਾਹਿਦ ਬਣ ਕੇ ਆਏ ਸੀਨ ਸੇ ਮੇਰੇ ਪੈਗੰਬਰ ਸਾਕੀਏ ਕੌਸਰ ਬਣ ਕੇ ਆਏ ਸੀਨ ਸੇ ਮੇਰੇ ਪੈਗੰਬਰ ਸ਼ਾਫੇ ਮਾਸ਼ਰ ਬਣ ਕੇ ਆਏ ਜ਼ਾ ਸੇ ਮੇਰੇ ਪੈਗੰਬਰ ਸਾਦਿਕੁਲ ਅਮੀਨ ਬਣ ਕੇ ਆਏ ਜ਼ਾ ਸੇ ਮੇਰੇ ਪੈਗੰਬਰ ਜ਼ਲਾਲਤ ਉਹ ਗੁਮਰਾਹੀ ਕੋ ਮਿਟਾਨੇ ਕੇ ਲਈ ਆਏ ਤੋਆ ਸੇ ਮੇਰੇ ਪੈਗੰਬਰ ਤੈਫੇ ਕਾਬਾ ਕਰਨੇ ਵਾਲੇ ਬਣ ਕੇ ਆਏ ਜ਼ਾ ਸੇ ਮੇਰੇ ਪੈਗੰਬਰ ਜ਼ੁਲਮਤ ਕੇ ਹਨੇਰੋਂ ਕੋ ਰੋਸ਼ਨੀ ਮੈਂ ਬਦਲਨੇ ਕੇ ਲਈ ਆਏ ਅਹੀਂ ਸੇ ਮੇਰੇ ਪੈਗੰਬਰ ਅਫੂ ਬੁੰਦਰ ਗੁਦਰ ਕਰਨੇ ਵਾਲੇ ਬਣ ਕੇ ਆਏ ਕਹੀਂ ਸੇ ਮੇਰੇ ਪੈਗੰਬਰ ਵਾਜ਼ੀ ਇਸਲਾਮ ਬਣ ਕੇ ਆਏ ਫਾ ਸੇ ਮੇਰੇ ਪੈਗੰਬਰ ਫਾਤਿਹ ਮੱਕਾ ਬਦਰੋ ਹੁਨੈਨ ਬਣ ਕੇ ਆਏ ਕਾਰ ਸੇ ਮੇਰੇ ਪੈਗੰਬਰ ਕੁਰਾਨ ਕੋ ਇਸ ਕਾਇਨਾਤ ਮੈਂ ਫੈਲਾਨੇ ਕੇ ਲਈ ਆਏ ਲਾਮ ਸੇ ਮੇਰੇ ਪੈਗੰਬਰ ਲਾ ਇਲਾਹਾ ਇਲੱਲਾ ਕੀ ਦਾਵਤ ਕੋ ਇਸ ਕਾਇਨਾਤ ਮੈਂ ਫੈਲਾਨੇ ਕੇ ਲਈ ਆਏ ਮੀਮ ਸੇ ਮੇਰੇ ਪੈਗੰਬਰ ਮੁਹੰਮਦ ਰਸੂਲullah ਬਣ ਕੇ ਆਏ ਨੂਨ ਸੇ ਮੇਰੇ ਪੈਗੰਬਰ ਨੂਰੁਲ ਖੁਦਾ ਬਣ ਕੇ ਆਏ ਵਾਉ ਸੇ ਮੇਰੇ ਪੈਗੰਬਰ ਵਾਲੀਏ ਬਥਾ ਬਣ ਕੇ ਆਏ ਹਮਜ਼ਾ ਸੇ ਮੇਰੇ ਪੈਗੰਬਰ ਅਲਮ ਨਸ਼ਰਾ ਕਾ ਸੀਨਾ ਲੈ ਕੇ ਆਏ ਯਾ ਸੇ ਮੇਰੇ ਪੈਗੰਬਰ ਯਾ ਅਯੂਹਲ ਮੁਜ਼ੰਮਲ ਮੁਦੱਸਰ ਕੇ ਕਾਲੀ ਚਾਦਰ ਲੈ ਕੇ ਆਏ ਨਾਰੇ ਤਕਬੀਰ ਉੱਚੀ ਆਵਾਜ਼ ਨਾਲ ਨਾਰੇ ਤਕਬੀਰ ਸ਼ਾਨੇ ਮੁਸਤਫਾ ਮਕਾਮੇ ਮੁਸਤਫਾ ਇਫਾਤੇ ਮੁਸਤਫਾ حضرت مولانا حذیفہ شہزاد صاحب آخری ایت تے میرا سلام ہے فرمایا لقد جاء 10 منٹ لانے نے 10 منٹ اور استاد دے محترم دی فرمائش آ گئی ادھر میری طرف ویکھو اللہ فرمان دے نے لقد جاءکم رسول ਜਿਨ੍ਹਾਂ ਦੇ ਸੀਨਿਆਂ ਦੇ ਅੰਦਰ ਕੁਰਾਨ ਸੁਣ ਕੇ ਠੰਡ ਪਈ ਹੈ ਬਾਜ਼ੂ ਚੁੱਕ ਕੇ ਕਹੋ ਸੁਭਾਨ ਅੱਲਾਹ ਲਕਦ ਜਾਅਕੁਮ ਰਸੂਲ ਮਿਨ ਅਨਫੁਸਿਕੁਮ ਅਜ਼ੀਜ਼ੁਨ ਅਲੈਹਿ ਮਾ ਅਨਤੁਮ ਹਰੀਸੁਨ ਅਲੈਕੁਮ ਬਿਲ ਮੁਮਿਨੀਨ ਰਊਫ ਰਹੀਮ ਅੱਲਾ
ਅਬੂ ਜਲਾਲ ਦੇ ਪਾਕ ਪੈਗੰਬਰ ਦਾ ਇੱਕ ਹੋਰ ਫਰਮਾਨ ਸੁਣਨਾ। ਇਹ ਰਿਵਾਇਤ ਅਬੂ ਦਾਊਦ ਦੇ ਅੰਦਰ ਮੌਜੂਦ ਹੈ। ਸਨਦ ਦਾ ਵੀ ਮੈਂ ਜ਼ਿੰਮੇਦਾਰ ਹਾਂ, ਹਵਾਲੇ ਦਾ ਵੀ ਇਨਸ਼ਾਅੱਲਾ ਜ਼ਿੰਮੇਦਾਰ ਹਾਂ। ਅਬੂ ਦਾਊਦ ਦੇ ਅੰਦਰ ਹਦੀਸ ਮੌਜੂਦ ਹੈ, ਹਦੀਸ ਦੀ ਸਨਦ ਸਹੀ ਦਰਜੇ ਦੀ ਮੌਜੂਦ ਹੈ। ਅਲਾਮਾ ਅਲਬਾਨੀ ਰਹਿਮਤੁਲਾਹ ਅਲੈਹ ਨੇ ਇਸ ਹਦੀਸ ਨੂੰ ਸਹੀ ਦਰਜੇ ਦਾ ਕਰਾਰ ਦਿੱਤਾ ਹੈ। ਉਸਤਾਦ ਮੋਹਤਰਮ ਦੀ ਥਾਪੀ ਆ ਗਈ ਤੇ ਮੈਂ ਫਿਰ ਦੁਬਾਰਾ ਤੋਂ ਉਸਤਾਦ ਕੋਲ ਲੱਗਾ। ਅਬੂ ਦਾਊਦ ਦੇ ਅੰਦਰ ਹਦੀਸ ਮੌਜੂਦ ਹੈ, ਇਮਾਮੇ ਕਹਿਨਾ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਮੇਰੇ ਮੁਰਸ਼ਦ ਪਾਕ ਮਦੀਨਿਓ ਨਿਕਲੇ ਨੇ। ਚਲਦਿਆਂ ਚਲਦਿਆਂ ਨਬੀ ਪਾਕ ਦਾ ਪਰਵਾਨਾ ਅਨਸਾਰੀ ਸਿਆਬੀ ਇਮਾਮੇ ਕਹਿਨਾਤ ਦੇ ਬਾਗ ਦੇ ਅੰਦਰ ਦਾਖਲ ਹੋ ਗਏ ਨੇ। ਮੇਰੇ ਮੁਰਸ਼ਦ ਪਾਕ ਬਾਗ ਦੇ ਅੰਦਰ ਬੈਠੇ ਨੇ। ਇੱਕ ਊਂਠ ਬੋਲਾ ਹੋਇਆ, ਊਂਠ ਦੌੜਦਾ ਦੌੜਦਾ ਮੇਰੇ ਪੈਗੰਬਰ ਦੇ ਕੋਲ ਆਇਆ। ਇਮਾਮੇ ਕਹਿਨਾਤ ਦੇ ਕਦਮਾਂ ਦੇ ਅੰਦਰ ਸਰ ਰੱਖ ਦਿੱਤਾ। ਊਂਠ ਰੋਈ ਜਾਂਦਾ ਹੈ, ਨਾਲੇ ਆਪਣੀਆਂ ਬੋਲੀਆਂ ਦੇ ਅੰਦਰ ਨਬੀ ਪਾਕ ਨੂੰ ਕੁਝ ਕਹਿ ਜਾਂਦਾ। ਮੇਰਾ ਤਸੱਵਰ ਕੀ ਹੈ, ਊਂਠ ਕੀ ਆਉਂਦਾ ਹੋਏਗਾ। ਗੁਲਿਸਤਾਨ ਮੈਂ ਜਾ ਕੇ ਮੈਨੇ ਹਰ ਗੁਲ ਕੋ ਦੇਖਾ, ਨਾ ਤੇਰੀ ਸੀ ਰੰਗਤ ਨਾ ਤੇਰੀ ਸੀ ਬੂ ਹੈ। ਨਿਕਲ ਜਾਏ ਜਾਂ ਤੇਰੇ ਕਦਮੋਂ ਕੇ ਨੀਚੇ, ਯਹੀ ਦਿਲ ਕੀ ਹਸਰਤ ਯਹੀ ਆਰਜ਼ੂ ਹੈ। ਇਮਾਮੇ ਕਹਿਨਾਤ ਅਲੈਹਿ ਸਲਾਤੁ ਵਸਲਾਮ ਮੇਰੇ ਮੁਰਸ਼ਦ ਪਾਕ ਨੇ ਊਂਠ ਦੀਆਂ ਗੱਲਾਂ ਸੁਣੀਆਂ ਨੇ। ਇਮਾਮੇ ਕਹਿਨਾਤ ਫਰਮਾਉਂਦੇ ਨੇ ਮੇਰੇ ਸਹਾਬਾ ਜਾਓ ਨਾ ਇਸ ਊਂਠ ਦੇ ਮਾਲਕ ਨੂੰ ਬੁਲਾ ਕੇ ਲਿਆਓ ਨਾ। ਮੇਰੇ ਮੁਰਸ਼ਦ ਪਾਕ ਦੇ ਸਾਹਮਣੇ ਇਸ ਊਂਠ ਦਾ ਮਾਲਕ ਆਇਆ। ਇਮਾਮੇ ਕਹਿਨਾਤ ਫਰਮਾਉਂਦੇ ਨੇ ਇਤਕੁੱਲਾ, ਓਏ ਅੱਲਾ ਦੇ ਆ ਬੰਦਿਆ ਤੂੰ ਰੱਬ ਕੋਲੋਂ ਡਰਦਾ ਕਿਉਂ ਨਹੀਂ ਹੋ? ਐ ਤੇਰਾ ਊਂਠ ਤੇਰੀਆਂ ਸ਼ਿਕਾਇਤਾਂ ਪਿਆ ਕਰਦਾ, ਐ ਊਂਠ ਤੇਰੀਆਂ ਸ਼ਿਕਾਇਤਾਂ ਤੇ ਗਿਲੇ ਪਿਆ ਕਰਦਾ। ਨਬੀ ਪਾਕ ਨੂੰ ਨੌਜਵਾਨ ਬੋਲ ਕੇ ਆਉਂਦਾ, ਸੁਣਿਓ ਜਾਨਵਰ ਤੇ ਕਦੇ ਬੋਲਿਆ ਨਹੀਂ ਕਰਦੇ, ਐ ਊਂਠ ਕਿਹੜੀਆਂ ਸ਼ਿਕਾਇਤਾਂ ਪਿਆ ਕਰਦਾ? ਮੇਰੇ ਮੁਰਸ਼ਦ ਪਾਕ ਨੇ ਊਂਠ ਖੋਲੇ ਲੱਭ ਖੋਲੇ ਮੋਤੀ ਰੋਲੇ। ਇਮਾਮੇ ਕਹਿਨਾਤ ਫਰਮਾਉਂਦੇ ਨੇ ਵੀ ਨੌਜਵਾਨਾ ਤੂੰ ਇਸ ਆਪਣੇ ਊਂਟ ਕੋਲੋਂ ਕੰਮ ਬਹੁਤਾ ਲੈਣਾ, ਇਹਨੂੰ ਚਾਰਾ ਥੋੜਾ ਪਾਉਣਾ। ਇੱਧਰ ਮੇਰੀ ਤਰਫ ਵੇਖਿਆ ਜੇ ਊਂਠ ਨੇ ਇਸ ਬਾਤ ਦੀ ਤਸਦੀਕ ਕੀਤੀ ਹੈ, ਊਂਠ ਨੇ ਇਸ ਬਾਤ ਦਾ ਐਲਾਨ ਕੀਤਾ। ਊਂਠ ਦੱਸਣਾ ਇਹ ਚਾਹੁੰਦਾ ਕਹਿਨਾਤ ਦੇ ਲੋਗੋ ਮੁਰਸ਼ਦ ਪਾਕ ਦਿਆਂ ਹੁੰਦਿਆਂ ਕਿਸੇ ਦੇ ਸਾਹਮਣੇ ਸਰ ਨਹੀਂ ਝੁਕਾਈਦਾ। ਇਮਾਮੇ ਕਹਿਨਾਤ ਦੇ ਹੁੰਦਿਆਂ ਕਿਸੇ ਦੇ ਸਾਹਮਣੇ ਆਪਣਾ ਸਰ ਨਹੀਂ ਝੁਕਾਈਦਾ। ਇਮਾਮੇ ਕਹਿਨਾਤ ਦੀ ਅਦਾਲਤ ਦੇ ਹੁੰਦਿਆਂ ਕਿਸੇ ਵੈਰ ਦੀ ਅਦਾਲਤ ਦੇ ਅੰਦਰ ਨਹੀਂ ਜਾਣਾ ਚਾਹੀਦਾ। ਇੱਧਰ ਮੇਰੀ ਤਰਫ ਵੇਖਿਆ ਜੇ ਸਾਨੂੰ ਤੇ ਲੋੜ ਕੋਈ ਨਹੀਂ, ਲੱਭ ਕੇ ਲਿਆਉਣ ਦੇ ਅੱਲਾ ਤੰਮੀ ਛੱਡੇ ਕੋਈ ਨਹੀਂ, ਸੋਹਣੇ ਨੂੰ ਬਣਾਉਣ ਦੇ। ਉੱਚੀ ਆਵਾਜ਼ ਨਾਲ ਕਹੋ ਖਸਬਾਨ ਅੱਲਾ। ਓਏ ਸਾਨੂੰ ਤੇ ਲੋੜ ਕੋਈ ਨਹੀਂ, ਲੱਭ ਕੇ ਲਿਆਉਣ ਦੇ ਮੌਲਾ ਕੰਮੇ ਛੱਡੇ ਕੋਈ ਨਹੀਂ, ਸੋਹਣੇ ਨੂੰ ਬਣਾਉਣ ਦੇ। ਓਏ ਸਾਡੀਆਂ ਤੇ ਲੋੜਾਂ ਥੋੜਾ ਮਦਨੀ ਮੁਕਾ ਗਿਆ, ਦੀਨੀ ਦੁਨੀਆ ਵੀ ਗੱਲਾਂ ਸਭੇ ਸਮਝਾ ਗਿਆ। ਲੋੜ ਨਹੀਂ ਸੋ ਰਹਿਣ ਦਿੱਤੇ ਪੂਰਾ ਤਰ੍ਹਾਂ ਜਾਣ ਦੇ, ਜੱਗ ਵਿੱਚ ਧੁੰਮ ਪੈ ਗਏ ਨਬੀ ਸੁਲਤਾਨ ਦੇ। ਇੱਧਰ ਮੇਰੀ ਤਰਫ ਤੱਕਿਆ ਜੇ ਅੱਲਾ ਫਰਮਾਉਂਦੇ ਨੇ ਲਕਦ ਜਾਅਕੁਮ ਰਸੂਲ ਮਿਨ ਅਨਫੁਸਿਕੁਮ ਅਜ਼ੀਜ਼ੁਨ ਅਲੈਹਿ ਮਾ ਅਨਤੁਮ ਹਰੀਸੁਨ ਅਲੈਕੁਮ ਬਿਲ ਮੁਮਿਨੀਨ ਰਊਫ ਰਹੀਮ।
ਟਾਈਮ ਅਜੇ ਮੇਰੇ 5 ਮਿੰਟ ਬਚ ਗਏ ਨੇ ਕੌਰ ਨਬੀ ਪਾਕ ਦਾ ਫਰਮਾਨ ਸੁਣ ਲਓ ਇਹ ਵੀ ਅਬੂ ਦਾਊਦ ਦੇ ਅੰਦਰ ਮੌਜੂਦ ਹੈ حضرت ਅਬਦੁੱਲਾ ਬਿਨ ਅਬਾਸ ਸਦੇਸ ਦੇ ਰਾਵੀ ਇਨਸ਼ਾਅੱਲਾ ਹਵਾਲੇ ਦਾ ਜ਼ਿੰਮੇਦਾਰ ਨਬੀ ਪਾਕ ਦਾ ਯਾਰ ਅਬਦੁੱਲਾ ਬਿਨ ਅਬਾਸ ਰਜ਼ੀ ਅੱਲਾਹ ਤਾਲਾ ਅਨਵਰ ਇਮਾਮ ਕਹਿਨਾ ਦੇ ਨਾਲ ਸਫ਼ਰ ਦੇ ਅੰਦਰ ਜਾ ਰਹੇ ਨੇ ਸਫ਼ਰ ਕਰਦਿਆਂ ਕਰਦਿਆਂ ਮੇਰੇ ਮੁਰਸ਼ਦ ਪਾਕ ਦੇ ਕਦਮਾਂ ਦੇ ਅੰਦਰ ਇੱਕ ਪਰਿੰਦਾ ਕੇ ਬਹਿ ਜਾਂਦਾ ਹੈ ਇਹ ਪਰ ਫੈਲਾਉਂਦਾ ਪਰ ਫਰ ਫੜਾਉਂਦਾ ਇਮਾਮ ਕਹਿਨਾ ਦੇ ਕਦਮਾਂ ਦੇ ਅੰਦਰ ਬੈਠਾ ਹੈ ਇਹਦੇ ਅੱਖਾਂ ਵਿੱਚੋਂ ਆਂਸੂ ਪੈ ਤਿਰਪ ਤਿਰਪ ਡੁੱਲਦੇ ਨੇ ਇਮਾਮ ਕਹਿਨਾ ਫਰਮਾਉਂਦੇ ਨੇ ਮੇਰੇ ਸਹਾਬਾ ਹਜ਼ਰਤ ਅਬਦੁੱਲਾ ਬਿਨ ਅਬਾਸ ਆਂਦੇ ਨੇ ਸੋਹਣਿਓ ਇੰਜ ਲੱਗਦਾ ਹੈ ਕੁਝ ਬੋਲੀਆਂ ਤੁਹਾਡੇ ਸਾਹਮਣੇ ਪਿਆ ਬੋਲਦਾ ਹੈ ਇਮਾਮ ਕਹਿਨਾ ਤੁਹਾਡੇ ਨੇ ਮੇਰੇ ਸਹਾਬਾ ਤੁਹਾਡੇ ਅੰਦਰੋਂ ਕਿਸੇ ਬੰਦੇ ਨੇ ਇਸ ਚਿੜੀਆ ਦੇ ਬੱਚੇ ਉਠਾਏ ਨੇ ਇਹ ਚਿੜੀਆ ਤੇ ਇੱਕ ਮਾਂ ਹੈ ਇਹ ਆਪਣੀ ਫਰਿਆਦ ਲੈ ਕੇ ਮੇਰੇ ਕਦਮਾਂ ਦੇ ਅੰਦਰ ਆਈ ਹੈ ਚਿੜੀ ਛੋਟਾ ਜਿਹਾ ਪਰਿੰਦਾ ਸਾਨੂੰ ਸਬਕ ਤੇ ਦਾਵਤ ਪਿਆ ਦਿੰਦਾ ਮੁਰਸ਼ਦ ਪਾਕ ਦਿਆਂ ਹੁੰਦਿਆਂ ਕਿਸੇ ਔਰ ਦੇ ਦਰ ਤੇ ਸਰ ਨਹੀਂ ਝੁਕਾਈ ਦਾ ਇਮਾਮ ਕਹਿਨਾ ਦੀ ਅਦਾਲਤ ਦੇ ਹੁੰਦਿਆਂ ਕਿਸੇ ਔਰ ਦੀ ਅਦਾਲਤ ਦੇ ਅੰਦਰ ਸਰ ਨਹੀਂ ਝੁਕਾਈ ਦਾ ਇਧਰ ਮੇਰੇ ਤਰਫ ਵੇਖਿਆ ਜੇ ਇਮਾਮ ਕਹਿਨਾ ਫਰਮਾਉਂਦੇ ਨੇ ਮੇਰੇ ਸਹਾਬਾ ਇਹਦੇ ਬੱਚੇ ਨੂੰ ਵਾਪਸ ਲੁਟਾ ਦਿਓ ਇਸ ਪਰਿੰਦੇ ਤੇ ਜਾਨਵਰ ਨੂੰ ਵੀ ਇਹ ਇਲਮ ਹੈ ਇਮਾਮ ਕਹਿਨਾ ਸ਼ਫਕਤ ਕਰਨ ਵਾਲੇ ਪੈਗੰਬਰ ਬਣ ਕੇ ਆਏ ਨੇ ਮੇਰੇ ਮੁਰਸ਼ਦ ਪਾਕ ਰਹਿਮਤੁਲ ਲਿਲ ਆਲਮੀਨ ਨਬੀ ਬਣ ਕੇ ਆਏ ਨੇ ਕੈਸੇ ਸ਼ਫਕਤ ਤੇ ਕੈਸੇ ਮੁਹੱਬਤ ਕਰਨ ਵਾਲੇ ਫਤਹ ਮੱਕਾ ਦਾ ਮੌਕਾ ਇਧਰ ਮੇਰੀ ਤਰਫ ਵੇਖਿਆ ਜੇ 8 ਹਿਜਰੀ ਫਤਹ ਮੱਕਾ ਦਾ ਮੌਕਾ ਸਿਬ ਮੁਸਤਦਰਕ ਹਾਕਮ ਦੇ ਅੰਦਰ ਇਹ ਹਦੀਸ ਮੌਜੂਦ ਹੈ ਇਮਾਮ ਕਹਿਨਾਤ ਨੇ 10,000 ਦਾ ਲਸ਼ਕਰ ਆਪਣੇ ਨਾਲ ਲਿਆ ਮੱਕੇ ਤੇ ਚੜਾਈਆਂ ਕਰ ਦਿੱਤੀਆਂ ਨੇ ਸਾਹਾਬਾ ਦੇ ਨੇ ਸੋਹਣਿਓ ਅਲ ਯੌਮ ਯੌਮੁਲ ਮਰਹਮਾ ਅੱਜ ਤੇ ਬਦਲੇ ਦਾ ਦਿਨ ਨੇ ਅੱਜ ਜਿਨ੍ਹਾਂ ਨੇ ਤੁਹਾਨੂੰ ਸਤਾਇਆ ਸੋਹਣਿਆ ਜਿਨ੍ਹਾਂ ਨੇ ਤੁਹਾਡੇ ਤੇ ਜ਼ੁਲਮ ਜ਼ਿਆਤੀਆਂ ਕੀਤੀਆਂ ਜਿਨ੍ਹਾਂ ਹਜ਼ਰਤ ਬਿਲਾਲ ਨੂੰ ਤਪਦੀਆਂ ਰੇਤਾਂ ਤੇ ਲਟਾਇਆ ਹਜ਼ਰਤ ਖੁਬੈਬ ਨੂੰ ਸੁੱਲ ਤੇ ਲਟਕਾ ਦਿੱਤਾ ਸੋਹਣਿਓ ਤੁਹਾਡੇ ਸੁਮਈਆ ਦੇ ਦੋ ਟੁਕੜੇ ਕਰ ਦਿੱਤੇ ਗਏ ਨੇ ਸੋਹਣਿਓ ਤੁਹਾਡੀਆਂ ਧੀਆਂ ਤੇ ਜ਼ੁਲਮ ਕੀਤੇ ਗਏ ਸੋਹਣਿਓ ਤੁਹਾਡੇ ਗੁਲਾਮਾਂ ਤੇ ਪਰਵਾਨਿਆਂ ਤੇ ਜ਼ੁਲਮ ਜ਼ਿਆਤੀਆਂ ਕੀਤੀਆਂ ਗਈਆਂ ਅੱਜ ਸਾਰਿਆਂ ਕੋਲ ਚੁਣ ਚੁਣ ਕੇ ਬਦਲੇ ਲੈ ਜਾਣਗੇ ਇਮਾਮ ਕਹਿੰਦਾ ਇਹਨੇ ਸ਼ਫੀ ਪੈਗੰਬਰ ਨੇ ਇਹਨੇ ਰਹੀਮ ਪੈਗੰਬਰ ਨੇ ਮੇਰੇ ਆਕਾ ਫਰਮਾਉਂਦੇ ਨੇ ਸਹਾਬਾ ਅੱਜ ਕਿਸੇ ਕੋਲੋਂ ਬਦਲਾ ਨਹੀਂ ਲਿਆ ਜਾਏਗਾ ਅੱਜ ਸਾਰਿਆਂ ਨੂੰ ਮਾਫ ਕਰ ਦਿੱਤਾ ਜਾਏਗਾ ਮੇਰੇ ਮੁਰਸ਼ਦ ਪਾਕ ਦੀ ਸ਼ਫਕਤ ਮੁਹੱਬਤ ਕਹਿਓ ਜਿਸ ਨੇ ਦਰਿਆ ਬਹਾਏ ਦਿਲ ਉਨਕਾ ਬਿਛੀਨਾ ਜੋ ਸਰ ਲੈ ਆਏ ਖੁਸ਼ੀ ਆਪਣੇ ਗੈਰੋਂ ਕੇ ਹਮ ਮੈਂ ਬੁਲਾ ਦੇ ਦਿਆ ਦਰਦ ਜਿਸ ਨੇ ਉਸੇ ਦੇ ਦੁਆ ਦੇ ਇੱਧਰ ਮੇਰੀ ਤਰਫ ਵੇਖਿਆ ਜੇ ਸੁਣੋ ਕੁਰਾਨ ਤੇ ਮੇਰਾ ਸਲਾਮ ਹੈ ਅੱਲਾਹ ਫਰਮਾਉਂਦੇ ਨੇ ਲਕਦ ਜਾਅਕੁਮ ਰਸੂਲ لقد جاءكم رسول من انفسكم عزيز عليه ما انتم حريص عليكم بالمؤمنين رؤوف رحيم الله فرماندن وما ارسلناك الا رحمتاً للعالمين آمين وآخر دعوانا أن الحمد لله رب العالمين ما شاء ما شاء اللهم زد فزد اللهم زد فزد اللهم زد فزد ما شاء الله بڑے ہی خوبصورت انداز اندر شفقت مصطفیٰ صلی اللہ علیہ وسلم
بیان فرما رہے سن برخوردار حذیفہ شہزاد صاحب، یقیناً ماشاءاللہ جس انداز نال وہ بیان فرما رہے سن تہاڈا ایمان تازہ ہویا ہوئے گا۔ دعا فرما دیو اللہ اس بچے نو دین دا بہت بڑا مبلغ اور دائی بنا دے، ایدی عمر اندر، علم اندر، حلم اندر اللہ برکت پیدا فرما دے۔ بس انشاءاللہ اذان ہوئے گی، اذان تو بعد انشاءاللہ جماعت ہوئے گی اور دوسری نشست دا انشاءاللہ اگلا پروگرام انشاءاللہ بالترتیب شروع ہو جائے گا۔ ساڈے معزز علماء کرام الحمدللہ تشریف لا چکے نے، میں انشاءاللہ اگلی نشست اندر باقی بات شروع کرنا۔ اذان واسطے برخوردار سعد محمود آندے نے، اذان پڑھ دے، اور جنہ ساتھیاں وضو کرنا ہے وضو فرما لو، انشاءاللہ جماعت ہوئے گی، جماعت تو بعد اگلی نشست انشاءاللہ۔